ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਪਟੀ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੈਲੋ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੀ ਹਾਲ ਚਾਲ? ਠੀਕ ਠਾਕ ਹੋ? ਬੜੀ ਕਿਰਪਾ ਜੀ ਤੁਸੀਂ ਸੁਣਾਓ। ਫਰੌਤੀਆਂ ਧਮਕੀਆਂ ਇਹ ਵੀ ਡਾਕੂ ਹੀ ਆ ਕਿਸਮ ਦੇ, ਹਨਾ। ਪਹਿਲਾਂ ਡਾਕੂ ਮੂੰਹ ਬੰਨ ਕੇ ਆਉਂਦੇ ਸੀ, ਲੁੱਟ ਕੇ ਲੈ ਜਾਂਦੇ ਸੀ ਉਦੋਂ, ਕਿਉਂਕਿ ਫੋਨ ਕਾਲ ਨਹੀਂ ਸੀ ਹੁੰਦੇ, ਹਨਾ। ਚਿੱਠੀਆਂ ਲਿਖਣ ਦਾ ਉਹਨਾਂ ਦਾ ਕੋਈ ਕਿਰਦਾਰ ਸੀ ਜੀ। ਅੱਛਾ ਜੀ। ਆਜ਼ਾਦੀ ਤੋਂ ਪਹਿਲਾਂ ਇੱਕ ਡਾਕੂ ਦਾ ਸ਼ਾਇਦ ਮੈਨੂੰ ਨਾਂ ਭੁੱਲ ਗਿਆ, ਤੇ ਉਹ ਡਾਕੂ ਬੜਾ ਮਸ਼ਹੂਰ ਸੀ ਤੇ ਊਂ ਤੇ ਚੜਿਆ ਜਾ ਰਿਹਾ ਸੀ। ਇੱਕ ਤੇਲੀ ਜਾ ਰਿਹਾ ਸੀ, ਤੇਲੀ ਕੋਲ ਇੱਕ ਸ਼ਮਕ ਸੀ, ਉਹਦੇ ਊਂਟ ਨੂੰ ਵੱਜ ਗਈ ਤੇ ਊਂਟ ਭੁੱਲ ਪਿੱਛੇ ਉੜ ਪਿਆ। ਡਾਕੂ ਸੀ, ਉਹਨੂੰ ਲੱਗਾ ਗਲਾ ਗੋਲਾ ਪਿੰਡ ਲੋਕਾਂ ਦਾ, ਬੰਦੇ ਤੇ ਬਣਦਾ ਪੁੱਤ ਗਾਲਾ ਛੱਡੀ ਮਿਲੀ। ਹੁਣ ਡਾਕੂ ਸੀ ਥੱਲੇ ਉਹ ਕੇ ਗਲ ਪੈਣ ਲੱਗਾ, ਉਹਨੇ ਮਾਰਿਆ ਦਾਹ ਤੇ ਭੜਕਾ ਕੇ ਉਹ ਫੱਟੜ ਹੋ ਗਿਆ। ਰੌਲਾ ਪੈ ਗਿਆ ਜੀ, ਫਲਾਣਾ ਡਾਕੂ ਏਦਾਂ ਹੋ ਗਿਆ, ਜਿਹਨੇ ਭੱਜਿਆ ਸਾਰੇ ਚੁੱਕਿਆ ਹੋਸਪਿਟਲ। ਜਦੋਂ ਹੋਸਪਿਟਲ ਲੈ ਕੇ ਗਏ, ਉਹਨੇ ਇਹ ਨੀ ਕਿਹਾ ਉਹ ਤੇਲੀ ਨੇ ਮਾਰਿਆ, ਕਹਿੰਦਾ ਨਹੀਂ ਉਹ ਫਲਾਣੇ ਜੈਲਦਾਰ ਨੇ ਮਾਰਿਆ। ਉਹ ਜੈਲਦਾਰ ਦੇ ਖਾਤੇ ਚ ਪਿਆ। ਡਾਕੂ ਇਕੱਠੇ ਹੋਏ ਪਿੰਡ ਨੂੰ ਆ ਕੇ ਘੇਰਿਆ, ਇਹ ਬਾਹਰ ਦੀ ਗੱਲ ਨਾ ਪੰਜਾਬੀ ਤੋਂ ਪਹਿਲਾਂ, ਪਿੰਡ ਨੂੰ ਆ ਕੇ ਘੇਰਿਆ। ਲੋਕ ਇਕੱਠੇ ਹੋ ਗਏ, ਫਿਰ ਟੈਂਗਾ ਸੁੱਟ ਲੈ ਕੇ ਕਿਹਾ ਸਮਝ ਇਹ ਗੱਲ। ਤੇ ਜਿਹੜਾ ਸੀ ਬਕਾਇਦਾ ਤੌਰ ਤੇ ਜੈਲਦਾਰ, ਉਹਨੂੰ ਮੁਰੱਬੇ ਮਿਲ ਗਏ, ਉਹਨੂੰ ਐਲਾਨ ਮਿਲ ਗਏ। ਫਿਰ ਤੇਲੀ ਨੂੰ ਕਹਿਣ ਲੱਗਾ ਤੇਲੀ ਨਾ ਨਾ ਲਈਏ ਮਾਰਿਆ ਜਾਏਗਾ, ਇੱਥੇ ਬਹਿ ਜਾ ਘਰ ਮੇਰੇ, ਸਾਰੀ ਉਮਰ ਫ੍ਰੀ ਦੀਆਂ ਰੋਟੀਆਂ ਖਾਈ ਜਾ, ਤੈਨੂੰ ਕੋਈ ਨੀ ਪੁੱਛਦਾ। ਉਹਨਾਂ ਦਾ ਕਿਰਦਾਰ ਸੀ ਕੋਈ, ਉਹਨੇ ਨੀ ਕਿਹਾ ਮੈਨੂੰ ਤੇਜ਼ੀ ਦੇ ਮਾਰਿਆ, ਨਹੀਂ ਕਹਿੰਦਾ ਆਪਣੇ ਹਾਲ ਦੇ ਪਰਵਾਜਾ ਨੂੰ ਗੱਲ ਕਰੋ, ਇਹ ਤੇ ਵੇਲੇ ਕੱਖ ਨੀ। ਜੇਲ੍ਹ ਦੇ ਵਿੱਚੋਂ ਡੇਰਾ ਬਾਬਾ ਨਾਨਕ ਦੇ ਡਾਕਟਰ ਨੂੰ ਇੱਕ ਮਨਜੀਤ ਸਿੰਘ ਤੂਫਾਨ ਦਾ ਫੋਨ ਆਉਂਦਾ, ਕਹਿੰਦਾ ਮੈਂ ਤੂਫਾਨ ਬੋਲ ਰਿਹਾ, ਤੂਫਾਨ ਗੈਂਗਸ ਜੇਲ੍ਹ ਚੋਂ, ਤੇ ਮੇਰੇ ਬੰਦੇ ਤੇਰੇ ਆਉਣਗੇ ਤੇ 5 ਲੱਖ ਰੁਪਏ ਦੀ ਸਾਨੂੰ ਸਖ਼ਤ ਲੋੜ ਆ, ਤੇ ਉਹ ਪੈਸੇ ਦੇ। ਉਹਨੇ ਰਿਪੋਰਟ ਕਰਤੀ ਪੁਲਿਸ ਨੂੰ, ਪੈਸੇ ਨੀ ਦਿੱਤੇ। ਦੂਜਾ ਫੋਨ ਫਿਰ ਆਉਂਦਾ ਵਾ ਕਿ ਤੈਨੂੰ ਬੰਦਿਆਂ ਨੂੰ ਕਿਹਾ ਵੀ ਦੇ ਦੇ ਸਾਨੂੰ ਪੈਸਿਆਂ ਦੀ ਬੜੀ ਸਖ਼ਤ ਲੋੜ ਆ, ਅਸੀਂ ਹਥਿਆਰ ਵੀ ਖਰੀਦਣੇ ਆ, ਸਾਨੂੰ ਹੋਰ ਕੰਮ ਵਾਸਤੇ ਜ਼ੋਰ, ਤੂੰ ਪੈਸੇ ਨੀ ਦਿੱਤੇ। ਇਹਨੇ ਪੁਲਿਸ ਨੂੰ ਫਿਰ ਦਿੱਤੇ। ਪੁਲਿਸ ਦੀ ਹਿੰਮਤ ਨਹੀਂ ਪਈ ਕਿ ਉਸ ਨੰਬਰ ਤੇ ਟਰੇਸ ਲਾ ਕੇ ਤੇ ਬੰਦਾ ਫੜਿਆ ਜਾਵੇ, ਕਿੱਥੋਂ ਬੋਲਦਾ ਕਿੱਥੇ, ਜੇ ਜੇਲ੍ਹ ਚੋਂ ਬੋਲਦਾ ਤੇ ਜੇਲ੍ਹ ਚ ਫੜਨਾ ਬੜਾ ਸੌਖਾ ਹੈਗਾ। ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਤੇ ਚੌਥੇ ਦਿਨ ਆ ਕੇ ਉਹਦੇ ਬੰਦੇ ਨੇ ਤਾੜ ਹੌਸਪਿਟਲ ਤੇ ਗੋਲੀ ਚਲਾ ਦਿੱਤੀ। ਹੁਣ ਗੋਲੀਆਂ ਵੱਜੀਆਂ ਨੇ, ਹੁਣ ਪੁਲਿਸ ਕਹਿੰਦੀ ਜਾਂਚ ਕਰ ਰਹੇ। ਇਹ ਪੁਲਿਸ ਦੀ ਨਲੇਕੀ ਜਾਂ ਪੁਲਿਸ ਦਾ ਕੋਈ ਡਰਾਕਲਪਨ, ਜਾਂ ਪੁਲਿਸ ਕੁਛ ਕਰਨਾ ਨੀ ਚਾਹੁੰਦੀ, ਜਾਂ ਪੰਜਾਬ ਦੇ ਮਾਹੌਲ ਨੂੰ ਵਿਗਾੜਨਾ ਚਾਹੁੰਦੇ ਨੇ, ਇਹ ਪਤਾ ਨੀ ਕੀ ਹੈ। ਇਹ ਵੀ ਪਤਾ ਦੇ ਬਾਰੇ ਚ ਇੰਨਾ ਕੁਛ ਹੋਣ ਦੇ ਬਾਵਜੂਦ ਜੇ ਸਾਡੇ ਭਗਵੰਤ ਮਾਨ ਹੋ ਰਹੇ ਵਿੱਚ ਵੇਖੋ, ਅਸੀਂ ਰੇਡ ਕੀਤੇ, ਪੂਰੇ ਪੰਜਾਬ ਚ ਰੇਡ ਕੀਤੇ ਤੇ 11 ਗ੍ਰਾਮ ਹੈਰੋਇਨ ਫੜੀ ਅਸੀਂ ਪੂਰੇ ਪੰਜਾਬ ਦੇ, ਤੇ DGP ਆਪ ਰੇਡ ਕਰਨ ਦਿਆ ਖਰੜ ਤੇ ਮੋਹਾਲੀ ਦੇ ਏਰੀਏ ਚ। ਕਿੰਨੇ ਬੰਦੇ ਇੱਕ ਦਿਨ ਪਹਿਲਾਂ ਚਿੱਠੀ ਜਾਰੀ ਹੁੰਦੀ ਹੈ ਵੀ ਇਹ ਕੌਨਫੀਡੈਂਸ਼ੀਅਲ ਹੈ ਸਾਰੇ ਭੇਜੀ ਗਈ, ਆਪਾਂ ਰੇਡ ਕਰ ਰਹੇ ਹਾਂ, ਤੇ ਉਹ ਜਿਹੜੀ ਵਟਸਐਪ ਤੇ ਘੁੰਮਦੀ ਹੁੰਦੀ ਚਿੱਠੀ, ਤੇ ਤੁਸੀਂ ਰੇਡ ਕੀ ਕਰੋਗੇ, ਕੀ ਹੋ ਰਿਹਾ, ਹੋ ਕੀ ਰਿਹਾ ਪੰਜਾਬ ਦਾ। ਮੁੱਖ ਮੰਤਰੀ ਸਾਹਿਬ, ਮੈਂ ਅੱਗੇ ਵੀ ਗੱਲ ਕੀਤੀ, ਮੈਂ ਫਿਰ ਕਹਿੰਦਾ ਜੇ ਕਿਤੇ ਸਿੱਖਣ ਦੀ ਲੋੜ ਤਾਂ ਸਿੱਖ ਲਈਦਾ। ਜਿਹੜੀ ਨੌਰਥ ਕੌਂਸਲ ਦੀ ਮੀਟਿੰਗ ਹੋਈ ਹੈ, ਸਾਡੇ 2 ਬੰਦੇ ਗਏ, ਆਪਣਾ ਪੱਖ ਹੀ ਨੀ ਪੇਸ਼ ਕਰ ਸਕੇ। ਆ ਤੁਸੀਂ ਪਹਿਲਾਂ ਕਿਹਾ ਸੀ ਉਹਨਾਂ ਨੇ ਪੱਖ ਪੇਸ਼ ਕਰ ਨਹੀਂ ਸਕਣਾ। ਬਿਲਕੁਲ, ਖੱਟਰ ਨੇ ਜਿਹੜਾ ਆਪਣਾ ਪੂਰਾ ਪੱਖ ਭੇਜ ਕੇ ਤੁਹਾਨੂੰ ਕਹਿਤਾ ਕਿ ਤੁਸੀਂ ਚੰਡੀਗੜ੍ਹ ਵੱਲੋਂ ਨਵੀਂ ਵਿਧਾਨਸਭਾ ਤੋਂ ਬਣਾਉਣ ਤੋਂ ਚੰਡੀਗੜ੍ਹ ਜਗ੍ਹਾ ਜੰਗ ਕਰੀ। ਸਾਡੇ ਬੰਦੇ, ਮੈਂ ਪਹਿਲਾਂ ਕਿਹਾ ਸੀ ਵੀ ਜੇ ਕਿਤੇ ਇੱਥੇ ਹੁੰਦਾ ਬਾਜਵਾ, ਇੱਥੇ ਹੁੰਦਾ ਸੁਖਪਾਲ ਖਹਿਰਾ, ਇੱਥੇ ਨਾ ਜੋਸਫ ਨੇ ਕੁਛ ਘੜੀ ਸੀਗਾ ਕਿਸੇ ਨੂੰ। ਬਿਲਕੁਲ ਬਿਲਕੁਲ, ਪੰਜਾਬ ਚ ਕੋਈ ਵੀ ਅਕਾਲੀਆਂ ਨੇ ਨੀ ਕੰਮ ਕੀਤਾ ਜਾਂ ਕਾਂਗਰਸੀਆਂ ਨੇ ਕੰਮ ਨੀ ਕੀਤਾ,
ਠੀਕ ਆ ਕਿਹੜਾ ਕਿਹੜਾ ਸੂਬਾ ਜਿੱਥੋਂ ਘਟਾਲੇ ਬਾਹਰ ਨਹੀਂ ਨਿਕਲਦੇ, ਲੁੱਟ ਲਿਆ ਲੁੱਟ ਲਿਆ ਲੁੱਟ ਲਿਆ, ਕਿਹੜੇ ਸੂਬੇ ਦੇ ਲੋਕਾਂ ਨੇ ਨਹੀਂ ਲੁੱਟਿਆ ਦੱਸੋ ਮੈਨੂੰ। ਜਿੱਦਣ ਇਹ ਜਾਣਗੇ ਨਾ ਉਦੋਂ ਇਹਨਾਂ ਦੇ ਵੀ ਨਿਕਲ ਜੀ ਤਰੀਕਾ ਵੱਖਰਾ ਹੋਊਗਾ ਕਰਨ ਦਾ। ਮਤ ਭੁੱਲੋ ਕਿ ਇਹਨਾਂ ਦੇ ਨਹੀਂ ਨਿਕਲਣਗੇ, ਸਭ ਕੁਛ ਨਿਕਲੂਗਾ। ਜੇ ਯੂਨੀਵਰਸਿਟੀਆਂ ਬਣੀਆਂ, ਜੇ ਭਾਖੜਾ ਡੈਮ ਬਣਿਆ ਵਾ, ਜੇ ਐਗਰੀਕਲਚਰ ਯੂਨੀਵਰਸਿਟੀ ਬਣੀ ਆ, ਜੇ ਸੜਕਾਂ ਬਣੀਆਂ ਨੇ, ਘਰ ਘਰ ਬਿਜਲੀ ਪੁੱਜੀ ਆ, ਉਹ ਕਿਹਨੇ ਰੱਜ ਗਈ? ਆਖਰ ਕਿਸੇ ਸਰਕਾਰ ਨੇ ਕੰਮ ਕੀਤਾ ਤੇ ਫਿਰ ਹੀ ਗਈ ਹੈ। ਬਿਲਕੁਲ ਬਿਲਕੁਲ, ਅਸੀਂ ਕਿਸੇ ਦੇ ਪੱਖ ਨੀ ਪੂਰ ਰਹੇ, ਮਤਲਬ ਗਲਤੀ ਆ ਵੀ 70 ਸਾਲ ਪੱਖ ਨੀ ਪੂਰ ਰਹੇ। ਅਸੀਂ ਕਹਿੰਦੇ ਵੀ ਇਹ ਉਦੋਂ ਚੰਗਾ ਕਰਕੇ ਬਹੁਤ ਚੰਗੀ ਗੱਲ, ਅਸੀਂ ਇਹਨਾਂ ਦੀ ਵੀ ਗੱਲ ਕਰਾਂਗੇ, ਥੋਕ ਜਾ ਕੇ ਕਰਾਂਗੇ। ਮੈਨੂੰ ਕੱਲ ਕਿਸੇ ਨੇ ਕਿਹਾ ਕਿ ਕਾਂਗਰਸ ਫੜੇ ਜਾ ਰਹੇ ਅੰਦਰ, ਜਿਹੜੀ ਮੇਰੇ ਬਹੁਤ ਚੰਗੀ ਗੱਲ ਆ, ਦੇਣੀ ਚੀਜ਼ ਸਾਰੇ ਅੰਦਰ ਜਿਹਨੇ ਵੀ ਪੰਜਾਬ ਨੂੰ ਖਾਧਾ ਸੇਵਾ ਦੇ, ਉਹਨਾਂ ਨੇ ਸੇਵਾ ਕਰਨੀ ਜੀ ਅਸੀਂ ਪੰਜਾਬ ਚ ਖਾਧਾ ਤਾਂ ਚੁੱਕ ਸੁੱਟੋ ਅੰਦਰ, ਉਮਰ ਉਮਰ ਕਰ ਪੂਰੀ ਸੁਣਦੇ ਅੰਦਰ ਬਾਹਰ ਨਿਕਲਦੇ, ਪਤਾ ਲੱਗ ਜੇ ਗਾ ਜਿਹੜੇ ਦੂਜੇ ਆਉਣੇ ਉਹਨੂੰ ਪਤਾ ਲੱਗੇ ਭਾਈ ਇੱਥੇ ਕੁਛ ਨੀ ਹੈਗਾ, ਇੱਥੇ ਆਹ ਕੁਛ ਹੈਗਾ, ਛੱਡ ਦਿਓ ਖੜਾ। ਅੱਜ ਇਹ ਜਿਹੜੀ ਸਾਡੀ ਰਾਜਨੀਤੀ ਆ ਉਹ ਵਪਾਰ ਬਣ ਚੁੱਕੀ ਆ। ਬਿਲਕੁਲ 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 ਬਿਲਕੁਲ, ਗਡਕਰੀ ਨੇ ਕੀ ਕਿਹਾ? ਬਿਲਕੁਲ ਠੀਕ ਕਿਹਾ ਉਹਨੇ, ਉਹਨੇ ਕਿਹਾ ਜੇ ਸੁਪਰੀਮ ਕੋਰਟ ਸੁਪਰੀਮ ਨਹੀਂ ਤੇ ਫਿਰ ਸਰਕਾਰ ਨੂੰ ਥੋੜਾ ਜਿਹਾ ਆਪਣੀ ਪੀੜੀ ਤੇ ਸੁੱਟਾ ਫੇਰਨਾ ਪਏ। ਸਾਡੇ ਚੀਫ ਜਸਟਿਸ ਹਰਿਮੰਦਰ ਸਾਹਿਬ ਜਾ ਕੇ ਵਿਦੇਸ਼ ਜਾ ਕੇ ਇੱਕ ਸੰਗਮ ਨੂੰ ਸੰਬੋਧਨ ਕਹਿੰਦੇ ਕਹਿੰਦੇ ਆ ਚਿੰਤਾ ਪ੍ਰਗਟਾਉਂਦੇ ਨਿਆਂ ਪ੍ਰਣਾਲੀ ਦੀ ਇੰਡੀਆ ਦੇ ਉੱਤੇ, ਇਹਦਾ ਮਤਲਬ ਕਿਤੇ ਨਾ ਕਿਤੇ ਗੜਬੜ ਆ। ਇਸ ਕਰਕੇ ਚਾਵਲਾ ਸਰ ਇਸ ਤੰਦਨੀ ਤਾਣੀ ਵਿਗੜੀ, ਅਸੀਂ ਭਗਵੰਤ ਮਾਨ ਦੇ ਖਿਲਾਫ਼ ਬਿਲਕੁਲ ਨਹੀਂ ਸੀ ਕਹਿੰਦੇ, ਭਗਵੰਤ ਮਾਨ ਨੂੰ ਜਿੰਨੇ ਬੰਦੇ ਪ੍ਰੈਸ ਚੁੱਕ ਕੇ ਸਾਡੇ ਅੰਦਰ ਤੇਰੇ ਸਾਹਿਬ ਤੇਰੇ ਨਾਲ ਲੋਕ ਖੜੇ ਪੰਜਾਬ ਦੇ, ਕੋਈ ਗੱਲ ਨਹੀਂ, ਲੇਕਿਨ ਪੰਜਾਬ ਨੂੰ ਉਜੜ ਤੋਂ ਬਣਾਉਣ ਦੀ ਜ਼ਿੰਮੇਵਾਰੀ ਸੰਭਾਲੋ। ਚੰਡੀਗੜ੍ਹ ਪੰਜਾਬ ਦਾ ਵਾ, ਉੱਥੇ ਆਪਣਾ ਬਕਾਇਦਾ ਤੌਰ ਤੇ ਰਿਕਾਰਡ ਲੈ ਕੇ ਜਾਣ ਦੋ। 1970 ਦੇ ਵਿੱਚ ਬਕਾਇਦਾ ਤੌਰ ਤੇ ਕਿਹਾ ਗਿਆ ਸੀ ਪੰਜਾਬ ਦਾ ਚੰਡੀਗੜ੍ਹ ਤੇ ਹਰਿਆਣਾ ਸਿਰਫ 5 ਸਾਲ ਤੱਕ ਜਿਹੜੀ ਚੰਡੀਗੜ੍ਹ ਦੀ ਇਮਾਰਤਾਂ ਬਣ ਸਕੇਗਾ। ਕਿਉਂ ਨੀ ਲੈ ਕੇ ਗਏ, ਕਿਉਂ ਨੀ ਜਾ ਕੇ ਬੋਲੋ ਤੁਸੀਂ ਉੱਥੇ? ਇਸ ਕਰਕੇ ਚਾਵਲਾ ਸਾਹਿਬ ਇਹਨਾਂ ਗੱਲਾਂ ਦਾ ਦੁੱਖ ਹੁੰਦਾ ਸੀ, ਕਹਿੰਦੇ ਠੀਕ ਆ ਯਾਰ ਤੁਸੀਂ ਫੜੋ ਵੇਲੇ ਚੋਰ ਹੈਗੇ ਆ, ਲੇਕਿਨ ਜੇ ਤੁਸੀਂ ਪੰਜਾਬ ਨੂੰ ਬਰਬਾਦ ਕਰਨਾ ਤੇ ਫਿਰ ਏਦਾਂ ਨੀ ਕੰਮ ਚੱਲਣਾ, ਲੋਕਾਂ ਨੇ ਨੀ ਬਖਸ਼ਣਾ ਤਾਂ ਜੀ। ਲੋਕ ਸਿੱਧੇ ਹੋ ਗਏ ਹੁਣ ਜੀ, 905 ਕਿਸੇ ਦੇ ਹੋ ਗਏ। 3 ਟੇਬਲ ਤੁਸੀਂ ਲਾਏ ਸੀਗੇ ਚੰਡੀਗੜ੍ਹ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਦੇ ਆਫਿਸ ਦੇ ਵਿੱਚ, ਇੱਕ ਤਾਂ ਭਗਵੰਤ ਮਾਨ ਸਾਹਿਬ ਦਾ ਜਿਹਨੂੰ ਪੰਜਾਬ ਦਾ ਮੁੱਖ ਮੰਤਰੀ ਦਾ ਚਿਹਰਾ ਅਨਾਉਂਸ ਕਰਕੇ 92 ਸੀਟਾਂ ਲਈਆਂ, ਤੀਜਾ ਤੁਸੀਂ, ਦੂਜਾ ਤੁਸੀਂ ਪਤਾ ਨਹੀਂ ਤੀਜਾ ਦੱਸਣਾ ਕਿ ਨਹੀਂ ਦੱਸਣਾ ਅਜੇ, ਪਰ ਦੂਜਾ ਤਾਂ ਜਗਜਾਰ ਹੋ ਗਿਆ ਹੁਣ, ਦੂਜਾ ਜਗਜਾਰ ਹੋ ਗਿਆ। ਚਲੋ ਮਾਨ ਸਾਹਿਬ ਇਹੋ ਇਹਨਾਂ ਦਿਨਾਂ ਛੁੱਟੀ ਦੇ ਰਹੇ ਤੇ ਵੈਸੇ ਬੰਦਾ ਚਾਹੀਦਾ ਵੀ ਇਹ ਕਾਰਜਕਾਰਨੀ, ਡਿਪਟੀ ਤਾਂ ਲਾ ਨਹੀਂ ਸਕਦੇ, ਡਿਪਟੀ ਲਾ ਨਹੀਂ ਸਕਦੇ, ਅਸਤੀਫਾ ਦਵਾ ਕੇ ਹੁਣ ਜਿੱਤਣਗੇ ਕਿਸੇ ਹਲਕੇ ਦੇ, ਕਿਸੇ ਬੰਦੇ ਕੋਈ MLA ਕੋਈ ਅਸਤੀਫਾ ਦਵਾ ਕੇ ਉੱਥੇ ਆਪਣੇ ਬੰਦੇ ਦੀ ਕਿਸੇ ਦੀ ਵੀ ਚੋਣ ਕਰਦੇ ਨੇ, ਤੇ ਸੰਗਰੂਰ ਵਾਲਾ ਹੀ ਹਾਲ ਹੋਣਾ। ਮੈਂ ਨਹੀਂ ਕਹਿ ਰਿਹਾ, ਸੋਸ਼ਲ ਨੈਟਵਰਕ ਮੀਡੀਆ ਕਹਿ ਰਿਹਾ। ਬਿਲਕੁਲ ਬਿਸ਼ਨੋਈ, ਆਪਾਂ ਉੱਧਰ ਨੂੰ ਚੱਲੀਏ, ਸਮਾਂ ਸਾਡੇ ਕੋਲ 15 ਮਿੰਟ ਹੋਰ ਨੇ। 13 ਦਿਨ ਹੋ ਗਏ ਨੇ ਅੰਮ੍ਰਿਤਸਰ ਪੁਲਿਸ ਲਾਰੈਂਸ ਬਿਸ਼ਨੋਈ ਤੋਂ ਕੁਝ ਵੀ ਨਹੀਂ ਉਗਲਵਾ ਸਕੀ। ਅਦਾਲਤ ਨੇ ਹੁਸ਼ਿਆਰ ਪੁਲਿਸ ਦੇ ਕੀਤਾ ਹਵਾਲੇ, ਮੁਕਤਸਰ ਪੁਲਿਸ ਨੂੰ ਬੇਰੰਗ ਵਰਤਣਾ ਪਿਆ। ਪੱਟੀ ਸਾਹਿਬ, ਲਾਰੈਂਸ ਬਿਸ਼ਨੋਈ ਕੁਛ ਵੀ ਨਹੀਂ ਉਗਲਾ ਸਕੇ, ਤੇ ਜਿਹੜਾ ਤੁਸੀਂ ਕਿਹਾ ਕਿ ਡਾਕਟਰ ਦੇ ਕੋਲੋਂ ਫਰੌਤੀ ਲੈਣ ਲਈ ਜੇਲ੍ਹ ਦੇ ਵਿੱਚੋਂ ਫੋਨ ਆਉਂਦਾ ਹੈ ਤੇ ਪੁਲਿਸ ਉਹ ਨੰਬਰ ਨਹੀਂ ਟਰੇਸ ਕਰ ਸਕੀ, ਹੁਣ ਉਹਦੇ 'ਚ ਉਹਨਾਂ ਦਾ ਡਰ ਹੈ, ਭੈ ਆ, ਸਹਿਮ ਹੈ, ਜਾਂ ਪੰਜਾਬ ਪੁਲਿਸ ਬਦਲ ਗਈ ਹੈ, ਹਾਂਜੀ, ਜਾਂ ਪੰਜਾਬ ਪੁਲਿਸ ਨੂੰ ਹੁਣ ਇਹ ਲੱਗਦਾ ਹੈ ਕਿ ਬਈ ਨਹੀਂ, ਜੇ ਅਸੀਂ ਇੱਧਰ ਕਾਰਵਾਈ ਕੀਤੀ ਤਾਂ ਸਾਡੇ ਨਾਲ ਕਿਤੇ ਆਉਣ ਪੈਣ ਹੈ। ਕੀ ਕਹਿਣਾ ਚਾਹੋਗੇ? ਵੇਖੋ, ਲਾਰੈਂਸ ਬਿਸ਼ਨੋਈ ਨੂੰ ਕੱਲ ਅਦਾਲਤ ਪੇਸ਼ ਕੀਤਾ ਗਿਆ, ਸਵੇਰੇ 7:30 ਅਦਾਲਤ ਲੈ ਕੇ ਆਇਆ ਤੇ ਅਦਾਲਤ ਖੁੱਲਦੀ ਹੈ 9 ਵਜੇ। ਜਦੋਂ ਉਹਨੂੰ ਲੈ ਕੇ ਆਏ ਤੇ ਘੇਰੇ ਕਰੇ ਪੁਲਿਸ ਹੀ ਪੁਲਿਸ ਲਾ ਦਿੱਤੀ, ਕਿਸੇ ਨੂੰ ਇੱਧਰ ਉੱਧਰ ਹਿੱਲਣ ਨਹੀਂ ਦਿੱਤਾ। ਈਵਨ ਇੱਥੋਂ ਤੱਕ ਕਿ ਵਕੀਲਾਂ ਨੇ, ਜਿਹਨਾਂ ਨੇ ਆਪਣੇ ਜਾ ਕੇ ਕੇਸ ਲੜਨੀ ਸੀ, ਵਕੀਲਾਂ ਨੂੰ ਅੰਦਰ ਹੀ ਜਾ ਦਿੱਤਾ, ਉਹਨਾਂ ਨੇ ਮੁੰਡਿਆਂ ਨੂੰ ਅੰਦਰ ਜਾ ਦਿੱਤਾ ਜੀ। ਅਖੀਰ ਦਿੱਤੇ ਰੋਸ ਵੱਲੋਂ ਫਿਰ ਅਪੀਲਾਂ ਸਟ੍ਰਾਈਕ ਕਰਨੀ ਪਈ ਕਿ ਸਾਡੇ ਕੇਸ ਲੱਗੇ, ਅਸੀਂ ਕੰਮ ਕਰਨਾ ਚਾਹ ਰਹੇ, ਅਸੀਂ ਵੀ ਚੋਰ ਚੁੱਕੇ ਹਾਂ।
ਕੁੰਵਰ ਵਿਜੇ ਪ੍ਰਤਾਪ ਨੇ ਕਿਹਾ ਬੈਠੇ ਸੀ ਇੱਕ ਹਫ਼ਤਾ ਹੋਇਆ, ਕਹਿੰਦਾ ਕੁਛ ਕਰਨ ਦੀ ਲੋੜ ਨੀ ਹੈਗੀ, ਸਿਰਫ ਚਾਰ ਬੰਦੇ ਚਾਹੀਦੇ। ਦੋ ਬੰਦਿਆਂ ਨੂੰ ਫੰਡ ਵੱਲ ਸੱਖਣ ਲੱਗੀ ਆ, ਦੋ ਦੇ ਕਿਹੜੇ ਕਿਹੜੇ ਸੱਖਿਆ ਵਾ, ਇੱਕ ਵੀਡੀਓਗ੍ਰਾਫੀ ਕਰ ਲਓ, ਜੇ ਭਜਦਾ ਵਾ ਠੋਕਦੇ ਗੋਲੀ ਕੁਦਰ ਨੀ ਫਿਰ ਕੀ ਹੋਊਗਾ। ਪੁਲਿਸ ਆ ਜੇ ਪੁਲਿਸ ਦਾ ਡਰ ਹੋਣਾ ਚਾਹੀਦਾ ਮਾੜਾ ਮੱਠਾ। ਕੱਲ ਮੇਰੇ ਖਿਆਲ ਘੱਟੋ ਘੱਟ 500 ਬੰਦਾ ਪੁਲਿਸ ਦਾ ਲਾ ਕੇ ਸਾਰੀਆਂ ਸੜਕਾਂ ਬੰਦ ਕਰ ਦਿੱਤੀਆਂ, ਜਿੰਨਾ ਚਿਰ ਉਹ ਗਿਆ ਨੀ ਉਨ ਚਿਰ ਕਚਹਿਰੀ ਵੀ ਬੰਦ ਰਹੀ, ਕਿਸੇ ਨੂੰ ਹਿੱਲਣ ਨੀ ਦਿੱਤਾ ਗਿਆ, ਕਿਸੇ ਨੂੰ ਜਿੱਲਣ ਨੀ ਦਿੱਤਾ ਗਿਆ, ਅਫਸਰ ਵੀ ਬਾਹਰ ਰਹਿ ਗਏ ਵੀ ਨਹੀਂ ਵੀ ਅੱਗੇ ਨੀ ਜਾਣਾ। ਇਸ ਕਰਕੇ ਇਹਦੇ ਕੋਲੋਂ ਕੰਦੋਵਾਲੀਆ ਦਾ ਕੇਸ ਸੀ, ਪੁਲਿਸ ਡਰੀ ਪਈ। ਮਹਿਫਲ ਜਦੀ ਪਈ, ਮੈਂ ਇਹ ਗੱਲ ਡਰੀ ਕਹੂੰਗਾ, ਪੁੱਛਿਆ ਹੀ ਕੱਖ ਨੀ ਕੰਦੋਵਾਲੀ ਕੇਸ ਤੇ ਲਿਆਂਦਾ ਉਹਨੂੰ ਤੁਸੀਂ, 13 ਦਿਨ ਤੁਸੀਂ ਆਪਣੇ ਰਿਮਾਂਡ ਚ ਰੱਖਿਆ, ਫਿਰ ਆਸਣ ਚ ਰੱਖਿਆ, ਕੀ ਪੁੱਛਿਆ ਤੁਸੀਂ? ਤੁਸੀਂ ਕਹਿਤਾ ਨੀ ਜੀ ਕੁਛ ਨੀ ਬਰਾਮਦ ਦੇ ਕੋਲ ਹੋਇਆ, ਕੁਛ ਨੀ ਪਤਾ ਲੱਗਿਆ ਸਰ ਜੀ। ਤੁਸੀਂ ਰਿਮਾਂਡ ਲਿਆ, ਰਿਮਾਂਡ ਫਿਰ ਕਾਹਦਾ ਤੁਹਾਨੂੰ? ਹੋਰ ਰਿਮਾਂਡ ਕਾਹਦਾ? ਉੱਥੇ ਹੁਸ਼ਿਆਰਪੁਰ ਦੀ ਪੁਲਿਸ ਆਈ ਸੀ, ਉੱਥੇ ਵੀ ਇੱਕ ਸ਼ਰਾਬ ਦੇ ਠੇਕੇਦਾਰ ਕੋਲ ਇਹਨਾਂ ਦੀ ਸ਼ੂਟਿੰਗ ਕੀਤੀ ਸੀ ਤੇ ਉਹਦੇ ਕੋਲ ਸੌਤੀ ਮੰਗੀ, ਉਹਦੇ ਚ ਨਾ ਬੋਲਦਾ ਸੀ, ਉਹਦੇ ਚ ਹੁਸ਼ਿਆਰਪੁਰ ਲੈ ਗਈ, ਹੁਸ਼ਿਆਰਪੁਰ ਪੁਲਿਸ ਲੈ ਗਈ, ਮੁਕਤਸਰ ਪੁਲਿਸ ਵੀ ਆਈ ਸੀ ਲੈਣ ਵਾਸਤੇ ਕਿਸੇ ਕੇਸ ਦੇ ਵਿੱਚ, ਉਹਨਾਂ ਨੇ ਬਰੰਗ ਬੋਲਣਾ ਪਿਆ ਹੁਸ਼ਿਆਰਪੁਰ ਨੂੰ ਮਿਲ ਗਿਆ। ਉੱਥੇ ਜਾ ਕੇ ਪਹਿਲਾਂ ਟ੍ਰਾਂਜ਼ਿਟ ਬਰਾਂਚ ਲਿਆ, ਉੱਥੇ ਜਾ ਕੇ ਅਦਾਲਤ ਪੇਸ਼ ਕੀਤਾ, 7 ਦਿਨ ਦਾ ਉੱਥੇ ਮਿਲਿਆ ਰਿਮਾਂਡ, ਪੁਲਿਸ ਰਿਮਾਂਡ ਮਿਲਿਆ, ਨਿਕਲਣਾ ਉੱਥੇ ਵੀ ਕੁਛ ਨੀ, ਕਿਉਂਕਿ ਸਿਰਫ ਤੇ ਸਿਰਫ ਇਹ ਪਖੰਡਬਾਜ਼ੀ ਕੀਤੀ ਜਾ ਰਹੀ ਹੈ ਵੀ ਦਿੱਲੀ ਪੁਲਿਸ ਸਾਰੇ ਸ਼ੂਟਰ ਫੜ ਲਵੇ, ਉਹਨਾਂ ਨੂੰ ਜੇਲ੍ਹ ਚ ਭੇਜੇ, ਉਹਨਾਂ ਨੂੰ ਲਿਆ ਕੇ ਸਾਹਮਣੇ ਪੁੱਛ ਪੜਤਾਲ ਕੀਤੀ ਜਾ, ਹੋਰ ਕੁਛ ਨੀ ਕਰਨਾ ਜੀ। ਲੇਕਿਨ ਉਹ ਵੀ ਅੜੇ ਦੇ ਭਾਈ, ਅਸੀਂ ਆਪਣੀ ਮਰਜ਼ੀ ਦਾ ਕੰਮ ਕਰਾਂਗੇ। ਗੱਲ ਇਹ ਆ ਕਿ ਸਮਾਂ ਬਦਲ ਗਿਆ, ਲਿੰਕ ਜਿਹੜੇ ਨੇ ਇਹਨਾਂ ਦੇ ਵੀ ਉੱਤੋਂ ਤੱਕ ਨੇ। ਹੁਣ ਜੇ ਕਿਸੇ ਨੇ ਪੁਲਿਸ ਮਹਿਕਮੇ ਚੋਂ ਕਿਸੇ ਨੇ ਚਪੇੜ ਮਾਰ ਕੇ ਪੁੱਛਣ ਦੀ ਕੋਸ਼ਿਸ਼ ਕੀਤੀ, ਜਿਵੇਂ ਕਰਦੇ ਰਹੇ ਆ, ਜਿਵੇਂ ਚੱਡੇ ਪਾੜਦੇ ਰਹੇ ਆ, ਜਿਵੇਂ ਲੂਣ ਧੱਕਦੇ ਰਹੇ ਆ, ਜਿਵੇਂ ਇਹਨਾਂ ਨੇ ਬੁੱਚੜਗਰਦੀ ਕੀਤੀ ਆ, ਹੁਣ ਉਹ ਜ਼ਮਾਨਾ ਤਾਂ ਹੈ ਨਹੀਂ। ਮਾਰਨ ਚਪੇੜ ਮਾਰਨ ਵਾਲੇ ਨੇ ਮਾਰਤੀ ਤੇ ਵਿੱਚੋਂ ਕਿਸੇ ਨੇ ਦੱਸ ਦੇਣਾ ਵੀ ਆ ਭਾਈ ਫਲਾਣੇ ਨਾਲ ਫਲਾਣੇ ਪਿੰਡ ਦਾ ਫਲਾਣਾ ਹੈ। ਡਰ ਤੇ ਇਹਨਾਂ ਨੂੰ ਇਸ ਆਉਂਦਾ ਕਿਉਂਕਿ ਉਦੋਂ ਸ਼ਾਹਾਂ ਕੁਝ ਹੋਰ ਸੀ, ਉਦੋਂ ਸਮਾਂ ਕੁਝ ਹੋਰ ਸੀ। ਇੱਕ ਪਿਓ ਦੇ ਸਾਹਮਣੇ ਧੀ ਨੂੰ ਨੰਗਿਆ ਕਰਨ ਵਾਲੇ ਇਹ ਬੁੱਚੜਾਂ ਦੀ ਅੱਜ ਬਹਾਦਰੀ ਕਿੱਥੇ ਗਈ? ਇੱਕ ਭਰਾ ਦੇ ਸਾਹਮਣੇ ਭੈਣ ਨੂੰ ਨੰਗਿਆ ਕਰਨ ਵਾਲੇ ਬੁੱਚੜਾਂ ਦੀ ਅੱਜ ਬਹਾਦਰੀ ਕਿੱਥੇ ਆ? ਮਾਂ ਦੇ ਸਾਹਮਣੇ ਪੁੱਤ ਨੂੰ ਨੰਗਿਆ ਕਰਨ ਵਾਲੇ ਬੁੱਚੜਾਂ ਦੀ ਬਹਾਦਰੀ ਕਿੱਥੇ ਆ? ਸ਼ਰੇਆਮ ਕਹਿ ਕੇ 25,000 ਇੱਕ ਲਵਾਰਸ ਲਾਸ਼ਾਂ ਦੇ ਵਾਰਸ ਨੂੰ ਸੁੱਟਣ ਵਾਲਿਆਂ ਦੀ ਬੁੱਚੜਾਂ ਦੀ ਅੱਜ ਕਿੱਥੇ ਗਈ ਹੈ ਬਹਾਦਰੀ? ਕਿੰਨੀਆਂ ਕੁ ਗੱਲਾਂ ਗਣਾ ਦਈਏ। ਤੁਹਾਡੇ ਮਾਲ ਮੰਡੀ ਦੇ ਮਤਲਬ ਜਿਹੜਾ ਬੁੱਚੜਖਾਨਾ ਸੀ ਉਹ ਕਿੰਨੇ ਹੋਰ ਸੀ? ਲੱਡਾ ਕੋਠੀਆ ਕਿੰਨੇ ਸੀ? ਫੁੱਲਾਂ ਵਰਗੇ ਬੱਚਿਆਂ ਨੂੰ ਚੁੱਕ ਕੇ ਉੱਥੇ ਪਹਿਲਾਂ ਅਧਮੋਇਆ ਕਰ ਦਿੱਤਾ ਜਾਂਦਾ ਸੀ ਅਤੇ ਫਿਰ ਕਹਿ ਦਿੱਤਾ ਚੱਲੇ ਮਾਲ ਮੰਡੀ ਤੋਂ। ਇੰਨਾ ਸਹਿਮ ਸੀ ਕਿਉਂਕਿ ਅੱਜ ਇਹਨਾਂ ਦੇ ਸੋਰਸ ਵਾ, ਇਹਨਾਂ ਦੇ ਲਿੰਕ ਆ, ਇਹਨਾਂ ਨੇ ਘਰਾਂ ਤੱਕ ਪਹੁੰਚ ਜਾਣਾ ਕਿਉਂਕਿ ਅੱਜ ਉੱਤੋਂ ਉੱਤੋਂ ਨਹੀਂ ਨਾ ਹੈਗਾ ਥਾਪੜਾ ਵੀ ਕਰੀ ਚੱਲੋ ਚੁੱਕੋ ਜੋ ਮਰਜ਼ੀ ਕਰੋ। ਇਹ ਕੈਟ ਨਹੀਂ ਆ। ਹੁਣ ਕਰੋ ਗੱਲ, ਪੁੱਛੋ, ਬੁਲਾ ਲਓ। ਤੁਸੀਂ ਤਾਂ ਕਿੰਨੇ ਮਤਲਬ ਹਾਥੀ ਵੀ ਬੁਲਾ ਲੈਂਦੇ। ਖੈਰ 9058131320905813 ਵੀ ਇਹ ਉਹੀ ਬੋਲੂਗਾ ਜਿਹਨੂੰ ਪਤਾ ਆ ਕੁਝ, ਜਿਹਨੇ ਫੂਕਾਂ ਮਾਰਨੀਆਂ ਨੇ ਉਹ ਮਰਜ਼ੀ ਕਰੀ ਜਾਵੇ। ਤੁਸੀਂ ਸ਼ੇਅਰ ਕਰਨਾ ਕਰੋ, ਨਹੀਂ ਕਰਨਾ ਨਾ ਕਰੋ। ਅਸੀਂ ਤਾਂ 25 ਸਾਲ ਤੋਂ ਇਹੀ ਕਹਿੰਦੇ ਆ ਰਹੇ ਹਾਂ ਵੀ ਇਹ ਬੁੱਚੜਗਰਦੀ ਕੀਤੀ ਆ। ਅਗਲੇ ਕਹਿੰਦੇ ਅਸੀਂ 300 ਰੱਖਿਆ ਵਾ, ਇੱਕ ਸੁੱਖੀ ਨਹੀਂ, ਸਾਡੇ ਕੋਲ 300 ਸੁੱਖੀ ਆ, 300 ਸੁੱਖੀ ਨੇ। ਪਿੰਕੀ ਸ਼ਰੇਆਮ ਕਹਿੰਦਾ ਗੁਰਮੀਤ ਕਿ ਸਾਨੂੰ ਸ਼ਰੇਆਮ ਕਿਹਾ ਗਿਆ ਸੀ ਕਿ ਵੀ ਪੱਗਾਂ ਬੰਨ੍ਹ ਕੇ ਕੇਸਰੀ ਇੱਕ ਤਬਕੇ ਦੇ ਲੋਕਾਂ ਨੂੰ ਕੱਢ ਕੱਢ ਕੇ ਮਾਰੋ ਬੱਸਾਂ ਦੇ ਵਿੱਚੋਂ, ਕਿਉਂਕਿ ਤਾਂ ਕਿ ਸਿੱਖਾਂ ਅਤੇ ਹਿੰਦੂਆਂ ਦਾ ਆਪਸ ਵਿੱਚ ਫਸਾਦ ਹੋਵੇ ਅਤੇ ਕਿਸੇ ਇੱਕ ਵੀ ਆ ਜਿਹੜੇ ਬੁੜਕ ਬੁੜਕ ਪੈਂਦੇ ਹੁੰਦੇ ਇੱਥੇ ਤੁਹਾਡੇ ਮਤਲਬ ਸ਼ਿਵ ਸੈਨਾ ਵਾਲੇ ਦੂਜੇ ਤੀਜੇ ਕਿਤੇ ਉਹਨਾਂ ਨੂੰ ਉਹਨੂੰ ਕੌਣ ਚੈਲੇਂਜ ਕਰਦੇ ਹੋ? ਕਿਉਂਕਿ ਮਨੁੱਖੀ ਅਧਿਕਾਰ ਬਾਰੇ ਲੈ ਜਾਣ, ਉਹਦੇ ਬਿਆਨ ਨੂੰ ਚੈਲੇਂਜ ਕਰਕੇ ਲੈ ਜਾਣ ਵੀ ਆ ਜਾਓ ਬਈ, ਤੈਨੂੰ ਲੈ ਕੇ ਜਾਣਾ, ਤੈਨੂੰ ਕਿਹਨਾਂ ਨੇ ਕਿਹਾ ਸੀਗਾ? ਕਿਉਂਕਿ ਉਹਨਾਂ ਨੂੰ ਵੀ ਤੇ ਉਹਨਾਂ ਦੇ ਵੀ ਤੇ NGO ਉਦਾਂ ਹੀ ਚੱਲਦੇ ਨੇ ਨਾ। ਬਸ ਗਲਤ ਹੀ ਆ ਨਾ, ਗਲਤ ਅਸੀਂ ਤੇ ਬੋਲ ਦਿੱਤਾ, ਇਹ ਸੱਚ ਆ।
बोल दिता हुण तुसीं इहनूं किद्दां लैंदे हो किद्दां नहीं लैंदे हो तुहाडी खुशी है। खैर फुल्लां विच्चों फुल गुलाब दा नहीं सही हो चंडीगढ़ पंजाब दा नहीं सही हो हाड़ा एक शराब दा चंडीगढ़ पंजाब दा क्या बात है। फुल्लां विच्चों फुल गुलाब दा नहीं सही हो चंडीगढ़ पंजाब दा नहीं सही हो हाड़ा एक शराब दा चंडीगढ़ पंजाब दा। पट्टी साहब बड़ी शेरो शायरी है की कहना चाहोगे। देखो जेडी चंडीगढ़ की गल है जी पंजाब के पिंड उजाड़ के चंडीगढ़ की उसारी की चंडीगढ़ के पुछण तो बगैर उतों के इंजीनियर तो पुछण तो बगैर उसे एक इट भी वध घट नहीं ला सकते। देखिए वह बने इस पंथर से की अधिकार है केंद्रीय गृह मंत्री ने कहा तुम अभी जगह देंगे कोई अधिकार 1970 बकायदा तौर पर यह फैसला होया जिहड़ा हरियाणा वा वह पांच साल वास्ते सिर्फ इतने अपना जिहड़ा वर्त सकता वा चंडीगढ़ दी इमारतां नूं उहनूं 20 करोड़ रुपया दिता जाऊ जिथे मर्जी अपनी राजधानी जिन्ने सूबे बने उन्हां दीआं राजधानियां वखरियां बणियां भावें वह तमिलनाडु बणिया ते भावें वह तेलंगाना बनिया ते आंध्र प्रदेश बनिया ते भावें उत्तराखंड बनिया उन्हीं राजधानियां वखरियां बनिया हाईकोर्टां वखरियां बनिया फिर पंजाब दी क्यों नहीं पंजाब दा विकरा क्यों जे उदो 20 करोड़ की गल होंगी ठीक है नहीं 200 करोड़ दे दो उन्हीं तो जाओ अपनी जाके तुसीं करनाल बना लो कुरुक्षेत्र बना लो अपनी बना लो उसी तरह चंडीगढ़ च क्यों साडे मुख्यमंत्री साहब उही अनाड़ीपण की गल करते अजे अजे तजर्बा नहीं है मई में तुम जे एक समागम संबोधन कर रहे हो जुडीशी के भी कहते हो कि जिदा इन्होंने कहा भी चंडीगढ़ में मंगया वा सानू दो जगह दो विधानसभा बनो सानू भी नवा चंडीगढ़ से दो क्यों नवा चंडीगढ़ दो भी चंडीगढ़ साडा वा पार्लीमेंट रहा मैं पठे पाए पठी पाए ना जी कम नहीं किया नहीं मतलब इदा का लफज यह वरतदा अज नहीं इन पता कि मैं मतलब की बयान दे रहा इतिहास की है चंडीगढ़ का बिलकुल बिलकुल यही पहला गल कही भगवंत मान जी तैयारी कर लिया करो हुण तुसीं नाचे नहीं रहे तुसीं हुण कमेडियन करने वास्ते नहीं रहे तुसीं पोलिटिकल लीडर हो पोलिटिकल लीडर का जिहड़ा काम हुंदा उह करे हुण वेखो तुसीं जिहड़ी होई आ उत्तरी जोनल कौंसल की मीटिंग हुई है इत्थे तुसीं जिहड़ी है लोकां नूं मिल रहे हो जूझदा पंजाब दे लोकां नूं मिल रहे हो अपने लीडरां नूं मिल रहे अपने एमएलए नूं मिल रहे हो उहनां नाल पार्टियां कर रहे हो जे एक दिन तुसीं जाओगे उत्थे जाके आप जांदे उत्थे ज्वाइन करदे जाके मीटिंग दे विच जाके गृह मंत्री नूं गल करदे किन्ना चंगा होंदा इहदा मतलब तुहानूं अपने ते कॉन्फिडेंस नहीं सी उत्थे जाके इक अपनी फेस कर सू फेस कर अगले फेस करन वाले अपनियां फाइलां नाल लैके गए सी अपनी ऑफिशियल मशीनरी नाल लैके गए हालांकि जदों उहनां नूं सिर्फ ते सिर्फ 5 साल वास्ते वर्तन वास्ते बिल्डिंगां दित्तियां वर्तन वास्ते दित्ती गई सिर्फ इह रिकॉर्ड है जी रिकॉर्ड है ऑन द रिकॉर्ड है ऑन द रिकॉर्ड असीं पंजाब दे मदई आ कुछ हरियाणा दे विरोधी नहीं जां फैसले दे विरोधी नहीं फैसले ते टिप्पणी करना साडा फर्ज है जे एक पासे कह दे चलो साडा दायरा छोटा है पर सानू पता जो असीं कहिंदे आ ना असीं गिरवी रख के अपनी जमीर नहीं कहिंदे ठीक है असी पैसे दे के इन्हूं कोई दे व्यूवर्स नहीं बधाए हुए सानू 25 साल तो लोग सुनते पे ने ते मैं आ दस चुका कि $400 एक घंटे का पैंदा मैनूं ते 6 घंटे डेली आ 3 घंटे सैटरडे 3 घंटे संडे ते कदे कैलकुलेट करके वेखो कनेडियन डालर आ प्लस 13% GST पैंदी आ ते प्लस जिहड़ा साडा परिवार चलदा वा इत्थों ही चलदा धन्नवाद मैं अपने दर्शकों का ते अपने अपने व्यापारी सज्जनों का करदा जो साडी सोच नूं जिंदा रख रहे ने मतलब यूट्यूब ते फेसबुक के उत्ते लिंक बना के ते सरकारां इन्हां नूं करोड़ां रुपया दा इन्हां दी कलमां खुंडियां करन नूं दिंदे ने और लै रहे ने लोक उत्थे एक पासे असीं कहिंदे आ कि मीडिया उत्थों दा वकाऊ बिरती हो गया वेग्या जी बोलदा ही नहीं ते जिहड़ा बोलदा तुसीं उहदा किन्ना क साथ दिंदे इह दस्सो मैनूं तुसीं किन्ना क शेयर करदे तुसीं उहनूं
ਵੀ ਜਾਣ ਪਛਾਣ ਦੇ ਮਹਤਾਜ ਤੇ ਹੈ ਨਹੀਂ, ਪਰ ਗੱਲ ਇਹ ਖੜਨ ਵਾਲੇ ਅਸੀਂ ਕਿੰਨੇ, ਅਸੀਂ ਵੀ ਦੋਗਲੇ ਹਾਂ, ਦੋਗਲਿਆਂ 'ਚੋਂ ਤੁਸੀਂ ਜੇ ਇਹਨੂੰ ਇਹੋ ਜਿਹੇ ਪ੍ਰੋਗਰਾਮ ਦਾ ਸਪੋਰਟ ਨਹੀਂ ਕਰਦੇ, ਸਹਿਯੋਗ ਨਹੀਂ ਕਰਦੇ, ਸ਼ੇਅਰ ਨਹੀਂ ਕਰਦੇ, ਤਾਂ ਦੋਗਲੇ ਹੋ ਤੁਸੀਂ ਵੀ। ਮਤਲਬ ਇੱਕ ਪਾਸੇ ਅਸੀਂ ਕਹਿੰਦੇ ਕਿ ਮੀਡੀਆ ਉਸ ਹੁੰਦਾ ਬੋਲ ਹੀ ਨਹੀਂ ਰਿਹਾ ਜੀ, ਖਰੀਦ ਲਿਆ ਮੀਡੀਆ, ਅਤੇ ਜਿਹੜਾ ਬੋਲਦਾ ਵਾ ਆਹ ਗੱਲਾਂ ਜਿਹੜੀਆਂ ਠਾ ਰਿਹਾ ਉਹਨੂੰ ਤੁਸੀਂ ਕਿੰਨਾ ਕੁ ਸਾਥ ਦਿੰਦੇ ਹੋ? ਕਿਉਂ ਭੱਟੀ ਸਾਹਿਬ? ਬਿਲਕੁਲ ਜੀ, ਮੈਂ ਉਹੀ ਗੱਲ ਕਰਨ ਲੱਗਾ ਵਾ। ਇਹਦੇ ਬਾਰੇ ਕਿਹਾ ਗਿਆ ਸੀ ਕਿ ਫਾਜ਼ਿਲਕਾ ਤੇ ਹਰਬੋਰ ਦੇ ਇਲਾਕੇ ਹਿੰਦੀ ਬੋਲਦੇ ਇਲਾਕੇ ਹਰਿਆਣੇ ਨੂੰ ਦਿੱਤੇ ਜਾਣਗੇ, ਲੇਕਿਨ ਜਦੋਂ ਲੋਕ ਨਹੀਂ ਜਾਣ ਵਾਸਤੇ ਤਿਆਰ ਤੁਸੀਂ ਕਿਵੇਂ ਦੇ ਦੇਵੋ ਉਹਨਾਂ ਨੂੰ? ਬਿਲਕੁਲ, 5 ਸਾਲ ਇੱਕ ਤੱਕ ਉਹਨਾਂ ਨੂੰ ਵੀ ਤੁਸੀਂ ਵਰਤ ਸਕਦੇ ਹੋ, ਤੇ ਬਾਕੀ ਕੰਦੂ ਖੋਏੜੇ ਦੇ ਸਰਪੰਚ ਨੇ ਕਹਿ ਦਿੱਤਾ ਜੀ ਅਸੀਂ ਬਿਸ਼ਨੋਈ ਆ, ਅਸੀਂ ਜਿਹੜੀ ਆ ਹਰਿਆਣੇ ਨਾਲ ਜਾਣ ਨੀ ਚਾਹੁੰਦੇ, ਲੇਕਿਨ ਉੱਥੋਂ ਦੀ ਪੰਚਾਇਤ ਦੇ ਲੋਕਾਂ ਨੇ ਲਿਖ ਕੇ ਦਿੱਤਾ, ਬਕਾਇਦਾ ਤੌਰ ਤੇ ਰਾਏ ਲਈ ਗਈ ਸਾਨੂੰ ਜੀ, ਲੋਕਾਂ ਨੇ ਕਿਹਾ ਨਹੀਂ ਪੰਜਾਬ ਚ, ਪੰਜਾਬ ਚ ਰਹਿਣਾ। ਪਰ ਸਰ ਦੋ ਕਾਲਾਂ ਨੇ, ਕੈਪਟਨ ਅਮਰਿੰਦਰ ਸਿੰਘ ਨੂੰ ਅਸੀਂ ਉਹਦੀ ਤਾਰੀਫ ਕਰਦੇ ਹਾਂ ਜਿਹਨੇ ਜਾ ਕੇ ਉੱਥੇ ਡੇਰੇ ਲਾ ਤੇ ਕਹਿੰਦਾ ਸੀ ਕੰਦੂ ਖੇੜਾ ਤੇ ਕਰੂ ਨਿਬੇੜਾ, ਉਹ ਉਹਦੀ ਪ੍ਰਾਪਤੀ ਸੀ ਬੜੀ ਵੱਡੀ ਕੈਪਟਨ ਅਮਰਿੰਦਰ। ਚਲੋ, ਪ੍ਰਾਪਤੀਆਂ ਦੇ ਵਿੱਚੋਂ ਆਪਣੀਆਂ ਪ੍ਰਾਪਤੀਆਂ ਕਿੰਨੀਆਂ ਨੇ ਉਹ ਦੇਖਣ ਵਾਲੀਆਂ ਨੇ। ਆਪਾਂ ਅਗਲੀ ਕਾਲ ਲੈ ਲੈਣੀ, ਸਾਡੇ 'ਚ ਕਮਜ਼ੋਰੀ ਇਹੀ ਆ, ਸਾਡੀ ਏਅਰਪੋਰਟ ਜਦੋਂ ਜਾਂਦੀ ਹੈ ਸਾਰਿਆਂ ਕੋਲ ਸਾਡੀ ਕਮਜ਼ੋਰੀ ਉਹੀ ਹੈ, ਜੇ ਅਸੀਂ ਕਹਿ ਦਿੰਦੇ ਕਿ ਹਾਂ ਜੀ ਮੈਂ ਵੀ ਕਹਿ ਦਿੰਦਾ ਜੀ, ਅਤੇ ਕੈਪਟਨ ਸਾਹਿਬ ਨੇ ਕਿਹੜੇ ਕਿ ਦੂਰ ਨੇ ਆਹ, ਤਾਂ ਹੁਣ ਜਦੋਂ ਮਰਜ਼ੀ ਮਿਲੋ ਜਾ ਕੇ। ਹਾਂ ਜੀ, ਅਗਲੀ ਕਾਲ ਪਲੀਜ਼। ਹੈਲੋ ਜੀ, ਸੰਭਲ ਕੇ ਪੈਰ ਰੱਖ, ਵਹਾਂ ਵੀ ਪੱਥਰ ਹੋਤੇ ਹੈ। ਬਿਲਕੁਲ ਜੀ, ਤੁਹਾਡਾ ਸਾਨੂੰ ਸਹਿਯੋਗ ਚਾਹੀਦਾ, ਸਭ ਠੀਕ ਰਹੇਗਾ। ਕੋਈ ਗੱਲ ਹਾਂਜੀ, ਬੜੀ ਛੋਟੀ ਜਿਹੀ ਮੈਂ ਗੱਲ ਕਰਦੀ, ਬੜੀ ਵੱਡੀ ਵੀ ਹੈਗੀ ਹੈ, ਜਿੱਥੇ ਮਰਜ਼ੀ ਲੈ ਜਾਓ ਇਹਨੂੰ। ਜੋਲ ਸਾਹਿਬ ਨੇ ਇੱਕ 17 ਲਿਖਿਆ ਸੀ, ਸੁਰਜੀਤ ਪਾਤਰ ਦੀਆਂ 17 ਨੇ ਕਿ ਇੰਨਾ ਵੀ ਸੱਚ ਮਤ ਬੋਲ, ਕੱਲਾ ਰਹਿ ਜਾਵੇ। ਜੋਲ ਸਾਹਿਬ ਨੇ ਨਾ 17 ਲਿਖਿਆ, ਕਿਸੇ ਰੇਡੀਓ ਤੇ ਬੋਲੀਆਂ ਨੇ ਸਾਡੇ ਇਥੋਂ ਦੇ ਰਾਈਟਰ, ਨਾ ਭੁੱਲ ਗਿਆ। ਨਹੀਂ, ਮੇਰੀਆਂ ਆਪਣੀ 17 ਲਿਖੀਆਂ, ਮੇਰੇ 15 ਬੁੱਕਸ ਲਿਖੀਆਂ ਹੋਈਆਂ ਆਪਣੀਆਂ ਨਾ। ਡਾਕਟਰ ਸਾਹਿਬ ਮੈਂ ਕੁਝ ਕਹਿਣ ਲੱਗਾ ਸੀਗਾ, ਉਹ ਕਹਿੰਦੇ ਕਿ ਇੰਨਾ ਸੱਚ ਬੋਲ, ਇੰਨਾ ਸੱਚ ਬੋਲ ਕਿ 4 ਕੁ ਬੰਦੇ ਜਿੰਦੇ ਰਹਿ ਜਾਣ ਤੈਨੂੰ ਚੁੱਕ ਕੇ ਲੈ ਕੇ ਜਾਣ ਲਈ। ਬਸ ਬਸ ਉਹੀ ਹੈ ਜੀ। ਹਾਂਜੀ, ਇੰਨਾ ਸੱਚ ਬੋਲ, ਇੰਨਾ ਸੱਚ ਬੋਲ ਕਿ 4 ਕੁ ਜਿੰਦੇ ਰਹਿ ਜਾਣ ਤੈਨੂੰ ਚੁੱਕ ਕੇ ਲੈ ਕੇ ਜਾਣ ਲਈ। ਜਿੰਦੇ ਕੌਣ ਰਹਿਣਗੇ? ਉਹੀ ਉਹੀ ਹੋਣਗੇ ਜਿਹੜੇ ਤੇਰੇ ਨਾਲ ਖੜਨਗੇ, 4 ਸੱਚ ਦੇ ਪੁਜਾਰੀ ਹੋਣਗੇ। ਤੁਹਾਡੇ ਨਾ ਆਪਣੇ ਘਰ ਚ ਵੀ ਠੋਕਰ ਤੁਹਾਨੂੰ ਲੱਗ ਜਾਂਦੀ ਹੈ, ਲੱਗਦੀ ਹੈ ਕਈ ਵਾਰੀ ਲੱਗੀ। ਚਲੋ ਕੋਈ ਨੀ, ਬੰਦਾ ਕਹਿੰਦਾ ਡਾਕਟਰ ਸਾਹਿਬ ਇੱਥੇ ਸਾਡੇ ਅੰਮ੍ਰਿਤਸਰ ਪਿੰਗਲਵਾਲਾ ਦਾ, ਹਾਂਜੀ ਉੱਥੇ ਇੱਕ ਮਿਸਟਰ ਪਿੰਗਲਵਾਲਾ ਅੰਮ੍ਰਿਤਸਰ ਹੈਗਾ, ਉੱਥੇ ਮਿਸਟਰ ਪਾਲ ਲੇਖਪਾਲ, ਬੜੇ ਤਕੜੇ ਆਰਟਿਸਟ ਨੇ, ਹਾਂਜੀ ਬਹੁਤ ਤਕੜੇ ਆਰਟਿਸਟ, ਜਿੰਨੀਆਂ ਤਸਵੀਰਾਂ ਬਣਾਈਆਂ ਨਾ ਭਗਤ ਜੀ ਦੀਆਂ ਜਾਂ ਪਿੰਗਲਵਾਲੀ, ਸਾਰੀ ਉਹਨਾਂ ਆਪਣੇ ਹੱਥ ਨਾਲ ਬਣਾਈਆਂ। ਹਾਂਜੀ, ਇੱਕ ਦਿਨ ਮੈਂ ਉਹਨਾਂ ਨੂੰ ਕਹਿ ਬੈਠਾ, ਮੈਂ ਕਿਹਾ ਪਾਲ ਸਾਹਿਬ ਸੁਰਜੀਤ ਪਾਤਰ ਨੇ ਕਿਹਾ ਕਿ ਇੰਨਾ ਵੀ ਸੱਚ ਨਾ ਬੋਲ ਕੇ ਇਕੱਲਾ ਰਹਿ ਜਾਵੇ, 4 ਕੁ ਬੰਦੇ ਛੱਟ ਲਾ ਮੋਢਾ ਦੇਣ। ਹਾਂਜੀ, ਮੈਂ ਨਾ ਇੱਕ ਨਾ 92 ਚ ਇੱਕ ਪੇਂਟਿੰਗ ਕੀਤੀ ਸੀਗੀ ਜਿਹੜੀ ਆਪਣੇ ਉੱਥੇ ਲੱਗੀ ਹੋਈ ਲੁਧਿਆਣੇ ਲੱਗੀ ਹੋਈ ਹੈ, ਜਿਹੜਾ ਉੱਥੇ ਆਪਣਾ ਬਣਿਆ ਹੋਇਆ ਕਿ ਉਹਨੂੰ ਕਹਿੰਦੇ ਗੁਰੂ ਨਾਨਕ ਹਾਂਜੀ 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 ਬਿਲਕੁਲ ਜੀ। ਉੱਥੇ ਮੈਂ ਇੱਕ ਬਣਾ ਕੇ ਲਾਈ ਕਿ ਇੱਕ ਕਾਂ ਨਾ ਦਰਖਤ ਦੇ ਉੱਤੇ ਉਲਟਾ ਲਟਕਿਆ ਹੋਇਆ, ਉਹਦਾ ਉਹ ਪੈਰ ਫਸ ਗਿਆ ਇੱਥੇ, ਤੇ ਬਾਕੀ ਕਾਂ ਰੌਲਾ ਪਾਈ ਜਾ ਰਹੇ ਆ, ਠੀਕ ਹੈ ਜੀ। ਤੇ ਉਹ ਮੈਨੂੰ ਉੱਥੇ ਪ੍ਰੋਫੈਸਰ ਸਾਹਿਬ ਆਏ, ਪ੍ਰੋਫੈਸਰ ਗੁਰਜੀਤ ਸੀਗੇ ਉੱਥੇ, ਗੁਰਜੀਤ ਸੰਧੂ, ਉਹ ਮੈਨੂੰ ਪੁੱਛਣ ਲੱਗੇ। ਮੈਂ ਨਾ ਉਦੋਂ ਸਟੱਡੀ ਕਰਦਾ ਸੀਗਾ, ਆਪਣੀ ਗ੍ਰੈਜੂਏਸ਼ਨ ਕਰਦਾ ਸੀਗਾ ਆਰੇ ਕੋਲਜ, ਤੇ ਉਹ ਤੋਂ ਬਾਅਦ ਚਲੋ ਮੈਂ PhD ਕਰ ਲਈ ਹੈਗੀ, ਬੜੀ ਸਟੱਡੀ ਕੀਤੀ ਹੈ। ਤੇ ਉਹ ਆ ਕੇ ਪੁੱਛਣ ਲੱਗੇ ਵੀ ਇਹਦਾ ਮਤਲਬ ਕੀ ਹੈ, ਮੈਨੂੰ ਮਤਲਬ ਦੱਸ ਕੇ ਇਹਦਾ ਸਮਝਾ, ਮਤਲਬ ਕੀ ਹੈ ਇਹਦਾ। ਮੈਂ ਕਿਹਾ ਕਿ ਇੱਕ ਕੋਈ ਫਸ ਜੇ ਨਾ, ਕਿਤੇ ਵੀ ਫਸ ਜੇ, ਕੋਈ ਬੰਦਾ ਫਸ ਜੇ ਕਿ ਕੋਈ ਜੀਵ ਫਸ ਜੇ, ਬਾਕੀ ਕਾਂ ਕਾਂ ਕਰਨ ਨੂੰ ਹੁੰਦੇ ਆ, ਸੋਲੂਸ਼ਨ ਲੱਭਦੇ ਆ। ਮੈਂ ਬੜਾ ਛੋਟਾ ਸੀ ਉਦੋਂ,
ਤੇ ਆਪਣੇ ਲੋਕ ਨਾ ਜਿੱਦਾਂ ਵੀ ਕਹਿ ਲੋ ਕਿ ਉਹ ਕਾਂ ਕਾਂ ਵੱਧ ਕਰਦੇ ਆ ਪਰ ਸੋਲੂਸ਼ਨ ਨਹੀਂ ਲੱਭਦੇ ਆ। ਆਪਾਂ ਹੁਣ ਕਹਿ ਲੋ ਕਿ ਆਮ ਆਦਮੀ ਪਾਰਟੀ ਚੋਣ ਲਈ ਹੈ ਜਾਂ ਕੁਛ ਵੀ ਕਰ ਲਿਆ, ਇੱਕ ਸੂਝਵਾਨ ਹੋਣਾ ਨਾ ਬੜਾ ਜ਼ਰੂਰੀ ਹੁੰਦਾ। ਤੁਸੀਂ ਕਿੱਥੇ ਕਿਸੇ ਵੀ ਇੱਕ ਸਰਜਨ ਹੈਗੇ, ਡਾਕਟਰ ਹੈਗੇ ਆ, ਜਾਂ ਕਹਿ ਲੋ ਕਿ ਇੱਕ ਫੈਮਿਲੀ ਮੈਂਬਰ ਹੈਗੇ ਆ, ਜਾਂ ਕੁਛ ਵੀ ਆ, ਹਾਊਸ ਵਾਈਫ ਹੈਗੇ ਆ, ਜੀ 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 ਹਾਂਜੀ, ਇਹ ਤੁਹਾਨੂੰ ਸੂਝਵਾਨ ਹੋਣਾ ਜ਼ਰੂਰੀ ਹੈ ਕਿ ਉਹਨੂੰ ਛੜਾਈਏ ਕਿੱਦਾਂ। ਜੀ 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 ਹਾਂਜੀ ਜੀ ਜਿਹੜੇ ਦਰਸ਼ਕ ਸਰੋਤੇ ਮਹਿਸੂਸ ਕਰਦੇ ਨੇ, ਚਾਰ ਘੰਟੇ ਤੋਂ ਮੈਂ ਬੈਠਾ, ਸਿਰਫ ਦੋ ਮਿੰਟ ਦੀ ਮੈਂ ਬ੍ਰੇਕ ਲਈ ਆ, ਉਦੋਂ ਪਹਿਲਾਂ ਤਿਆਰੀ ਚ ਲੱਗੇ ਰਹੇ ਆ ਇਸ ਪ੍ਰੋਗਰਾਮ ਨੂੰ। ਕਈ ਕਹਿੰਦੇ ਨੇ ਕਿ ਰਾਤ ਦਾ ਪ੍ਰੋਗਰਾਮ, ਰਾਤ ਦਾ, ਮੇਰੀ 25 ਸਾਲ ਦੀ ਮਿਹਨਤ ਆ, ਮਿਹਨਤ ਹੈ 25 ਸਾਲ ਦਾ, ਇੱਕ ਬਹੁਤ ਵੱਡਾ ਮਤਲਬ ਕਹਿ ਲਓ ਕਿ ਇਹ ਜਿਹੜੇ ਡਾਕਟਰ ਸਾਹਿਬ ਨੇ, ਮਤਲਬ ਉਹਨਾਂ ਕੋਲ ਡਿਗਰੀਆਂ ਨੇ, ਉਹ ਵੀ ਇਸ ਵੇਲੇ ਸੁਣਦੇ ਪਏ ਨੇ, ਕੰਮ ਕਰਦੇ ਹੋਣਗੇ ਜਾਂ ਸਟੱਡੀ ਕਰਦੇ ਹੋਣਗੇ, ਕਦੇ ਖੁੱਲ੍ਹ ਕੇ ਗੱਲ ਕਰਾਂਗੇ ਇਹਨਾਂ ਨਾਲ। ਇਹੋ ਜਿਹੀ ਜੇ ਮੈਂ ਕੀ ਕਹਾਂ ਕਿ ਸੂਝਵਾਨ, ਜਿਹੜੇ ਪੰਜਾਬੀ ਜ਼ਿਆਦਾ ਬੋਲਣ ਦੀ ਕੋਸ਼ਿਸ਼ ਕਰਦਾ ਹੁੰਦਾ, ਬਜਾਏ ਇਸਦੇ ਕਿ ਮੈਂ ਇੰਗਲਿਸ਼ ਦਾ ਪ੍ਰਭਾਵ ਦੇਵਾਂ ਕਿ ਮੈਂ ਇਹਨੂੰ ਬੜੀ ਆਉਂਦੀ ਹੈ, ਨਹੀਂ ਜੇ ਨਹੀਂ ਕਹਾਉਂਦੀ ਠੀਕ ਆ, ਇਹੋ ਜਿਹੇ ਸੂਝਵਾਨ ਸਰੋਤੇ ਜਾਂ ਦਰਸ਼ਕ ਸਾਡੇ ਨਾਲ ਜੁੜੇ ਨੇ, ਤਾਂ ਤੁਸੀਂ ਸੋਚ ਸਕਦੇ ਹੋ, ਮਹਿਸੂਸ ਕਰ ਸਕਦੇ ਹੋ ਕਿ ਇੱਕ ਨਾ ਵਾਰੀ ਪੱਟੀ ਸਾਹਿਬ, ਮੈਂ ਇੱਥੇ ਜਦੋਂ ਨਵਾਂ ਨਵਾਂ ਰੇਡੀਓ ਸ਼ੁਰੂ ਕੀਤਾ ਨਾ, ਤਾਂ ਸਾਨੂੰ ਪੁੱਛਦੇ ਹੁੰਦੇ ਸੀ ਵੀ ਤੁਹਾਡੇ ਲਿਸਨਰ ਕਿੰਨੇ ਕੁ ਹੋਣਗੇ, ਹੈ ਨਾ, 1320 ਦੇ, ਮਤਲਬ ਉਹ 97 'ਚ ਮੈਂ ਗੱਲ ਕਰਦਾ, 99-2000 ਦੇ ਵਿੱਚ ਸਾਡੇ ਟੈਕਨੀਸ਼ੀਅਨ ਨੇ ਮਿਸਟਰ ਜੋ, ਹੁਣ ਤਾਂ ਨਹੀਂ ਸੁਣ ਰਿਹਾ, ਹੁਣ ਚਲ ਗਿਆ, ਅਤੇ ਮੈਂ ਕਿਹਾ ਉਦੋਂ ਮਤਲਬ ਕੋਈ ਸੋਸ਼ਲ ਨੈਟਵਰਕ ਮੀਡੀਆ ਦਾ ਨਾਂ ਤਾਂ ਕੋਈ ਹੈ ਹੀ ਨਹੀਂ ਸੀ, ਰੇਡੀਓ ਸੀ ਇਕੱਲੇ, ਅਤੇ ਅਖਬਾਰਾਂ ਆਉਂਦੀਆਂ ਸੀ, ਤਾਂ ਟੈਲੀਵਿਜ਼ਨ ਸਾਡਾ ਆਉਂਦਾ ਸੀ ਇੰਗਲਿਸ਼ ਸੀ, ਪੰਜਾਬੀ ਚੈਨਲ ਤਾਂ ਬਹੁਤ ਵੀਕਐਂਡ 'ਤੇ ਆਉਂਦੇ ਸੀ ਕੋਈ, ਹੈ ਨਾ, ਅਤੇ ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਵੀ ਪੁੱਛਦੇ ਨੇ ਵੀ ਤੁਹਾਨੂੰ ਕਿੰਨੇ ਕੁ ਲਿਸਨਰ ਜਿਹੜੇ ਨੇ ਉਹ ਸੁਣਦੇ ਆ, ਹੈ ਨਾ, ਅਤੇ ਉਹ ਕਹਿੰਦੇ ਜੀ 1000 ਕਾਲਰ ਦੇ ਮਗਰ ਹਿੰਮਤ ਕਰਕੇ ਮਹਾ ਇੱਕ ਬੰਦਾ ਕਾਲ ਕਰਦਾ। ਉਹਨੇ ਮੈਨੂੰ ਦੱਸਿਆ 1000 ਬੰਦਾ ਸੁਣਦਾ ਹੋਵੇ, ਉਹਦੇ ਵਿੱਚ ਇੱਕ ਬੰਦਾ ਮਹਾ ਹਿੰਮਤ ਕਰਕੇ ਕਾਲ ਕਰਦਾ। ਮਤਲਬ ਮੈਂ ਉਹਨੂੰ ਕਿਹਾ ਨਹੀਂ, ਸਾਡੇ ਬੰਦੇ ਤਾਂ ਯਾਰ ਮਤਲਬ ਜ਼ਿਆਦਾ ਜੋਸ਼ ਦੇ ਵਿੱਚ ਨਹੀਂ, ਉਹ ਇੰਨੀ ਮਤਲਬ 100 ਬੰਦਾ ਸੁਣਦਾ ਹੋਵੇ ਤਾਂ ਇੱਕ ਬੰਦਾ ਕਾਲ ਕਰਦਾ, ਮਤਲਬ ਮੈਂ ਕਹਿੰਦਾ 1000 ਬੰਦਾ ਬਹੁਤ ਜ਼ਿਆਦਾ ਆ। ਉਹਨੇ ਕਿਹਾ 1000 ਬੰਦਾ ਸੁਣਦਾ ਹੋਵੇ ਤਾਂ ਇੱਕ ਬੰਦਾ ਵਾਹਾਂ ਮੁਸ਼ਕਲ ਨਾਲ ਕਾਲ ਕਰਦਾ ਆ, ਪਰ ਤੁਸੀਂ ਦੇਖੋ ਇੱਥੇ ਕਿੰਨੀਆਂ ਕਾਲ ਆਉਂਦੀਆਂ ਨੇ। ਸੋ ਗੱਲ ਇਹ ਕਿ ਰਾਤ ਦੇ ਪ੍ਰੋਗਰਾਮ ਦੇ ਵਿੱਚ ਇਸ ਵਕਤ ਵੀ ਅਸੀਂ ਮਤਲਬ ਸਾਡਾ ਓਵਰ ਟਾਈਮ ਵੀ ਹੋ ਗਿਆ, 5 ਮਿੰਟ ਸਾਡੇ ਟੈਕਨੀਸ਼ੀਅਨ ਨੇ ਵੀ ਜਾਣਾ, ਫਿਰ ਵੀ ਤੁਹਾਡੀਆਂ ਕਾਲ ਆ ਰਹੀਆਂ ਨੇ, ਇਹਦਾ ਮਤਲਬ ਕੁਛ ਨਾ ਕੁਛ ਤਾਂ ਪ੍ਰੋਗਰਾਮ 'ਚ ਹੋਊਗਾ ਹੀ ਨਾ ਜੋ ਤੁਸੀਂ ਸੁਣਦੇ ਹੋ। ਕਿਉਂ ਪਾਟੀ ਸਾਹਿਬ, ਦੋ ਗੱਲਾਂ ਕਰੋਗੇ ਜੀ। ਪਹਿਲੀ ਗੱਲ ਤਾਂ ਕਿ ਤੁਹਾਡੇ ਲਈ ਮੈਸੇਜ ਆ, ਸਾਡੇ ਪੰਜਾਬ ਸਿੰਧ ਬੈਂਕ 'ਚ ਇੱਕ ਮੈਨੇਜਰ, ਉਹ ਵੀ ਜਸਵੀਰ ਸਿੰਘ ਹੋਰੀ ਰਿਟਾਇਰ ਹੈ, ਉਹਨਾਂ ਦਾ ਡੇਟਾ ਇੱਥੇ ਕੈਨੇਡਾ ਦੇ ਵਿੱਚ ਆ, ਖਰਚਾ ਵਸ਼ੇ ਬੁਕਿਆ ਜਵਾਬ ਲਾਓ, ਤੇ ਉਹ ਮੋਟਰਸਾਈਕਲ ਜਿਹੜੇ ਉਹਨੇ ਕਲਮ ਬਣਾਇਆ ਉਹਦੇ 'ਚ ਪਿੱਛੇ ਜੇ ਅੱਗੇ ਗਿਆ ਸੀ ਨਾ ਮੋਟਰਸਾਈਕਲ, ਤੇ ਉਹਨੇ ਕੀ ਕੀਤਾ, ਉਹ ਮੈਨੂੰ ਅੱਜ ਅੱਜ ਕਹਿਣ ਲੱਗੇ ਸਵੇਰੇ, ਮੈਨੂੰ ਕਹਿੰਦੇ ਕੀ ਹਾਲ ਚਾਲ, ਮੈਂ ਠੀਕ ਹੋ, ਜਿਹੜੀ ਦਰਬਾਰ ਸਾਹਿਬ ਆਉਂਦੇ, ਮੈਨੂੰ ਕਹਿੰਦੇ ਯਾਰ ਚਾਵਲੇ ਨੂੰ, ਚਾਵਲੇ ਦਾ ਮੁੰਡਾ ਬੜਾ ਤੇਜ਼ ਜੀ, ਬੜੀ ਸਾਡੇ ਵਾਸਤੇ ਇੱਕ ਮਾਣ ਵਾਲੀ ਗੱਲ ਆ ਜੀ, ਥੈਂਕ ਯੂ ਜੀ। ਲੋਕ ਕਿੰਨਾ ਵਧੀਆ ਪ੍ਰੋਗਰਾਮ ਵੇਖਦੇ, ਕਹਿੰਦੇ ਕਿੰਨੀ ਫਿਲਮ ਗਾਈਡ ਕਰਦੇ, ਵੀ ਮੁੰਡਾ ਵੀ ਬਹੁਤ ਸੋਹਣਾ ਪ੍ਰੋਗਰਾਮ ਕਰਦਾ, ਤੁਸੀਂ ਜਿਹੜੀ ਗੱਲ ਤੁਸੀਂ ਕੀਤੀ ਹੈ, ਜੀ ਜੀ, ਤੁਹਾਨੂੰ ਪਤਾ ਹੋਏਗਾ ਜਦੋਂ ਆਪਾਂ ਕਿਸਾਨਾਂ ਦੀ ਗੱਲ ਕੀਤੀ ਸੀ ਕਿ ਕਿਸਾਨਾਂ ਨੂੰ ਇਹ ਮੋਰਚਾ ਛੱਡ ਦੇਣਾ ਚਾਹੀਦਾ ਕਿ ਨਹੀਂ, ਹਾਂਜੀ ਹਾਂਜੀ, 5 ਮਿੰਟਾਂ 'ਚ 50 ਦੇ ਕਰੀਬ ਕਾਲਾਂ ਆਈਆਂ ਸੀ, 47 ਕਾਲਾਂ ਕਹਿੰਦੇ ਸੀ ਵੀ ਨਹੀਂ ਛੱਡਣਾ ਚਾਹੀਦਾ, ਬੈਠੇ ਨੇ 3 ਕਾਲਾਂ ਫਿਰ ਪਈਆਂ ਸੀ ਵੀ ਮੋਰਚਾ ਛੱਡਣਾ, ਜੀ ਜੀ ਪਹੁੰਚ ਗਿਆ, ਅੱਗੇ ਤੁਸੀਂ ਆਪ ਅੰਦਾਜ਼ਾ ਲਓ ਕਿੰਨੇ ਲੋਕ ਸਾਨੂੰ ਸੁਣਦੇ ਹੋਣਗੇ, ਨਹੀਂ ਉੱਥੇ ਵੀ ਸੁਣਦੇ ਪਏ ਸੀ ਨਾ, ਹਾਂਜੀ ਹਾਂਜੀ, ਮੋਰਚੇ ਦੇ ਵਿੱਚ ਵੀ ਸੁਣਦੇ ਪਏ ਸੀ, ਸਾਡੀ ਪ੍ਰੋਬਲਮ ਇਹ ਆ ਕਿ ਅਸੀਂ ਪੁੱਠੀਆਂ ਸਿੱਧੀਆਂ ਲਾਈਨਾਂ ਨਹੀਂ ਪਾਉਂਦੇ ਨਾ ਟੈਲੀਵਿਜ਼ਨ ਪਿੱਛੇ, ਅੱਜ ਚੱਲਦਾ ਪਿਆ ਵਾ ਤੇ ਨਾਲ ਹੀ ਪਾ ਦੋ ਜੀ, ਮਸਟ ਸਬਸਕ੍ਰਾਈਬ ਕਰੋ, ਪਲਾ ਕਰ ਦੋ, ਪਲਾ ਕਰ ਦੋ, ਆਹ ਕਰ ਦੋ, ਹੈ ਨਾ, ਤੇ ਉਹ ਗੱਲ ਇਹ ਕਿ ਜੋ ਅੱਜ ਨਹੀਂ ਤੇ ਕੱਲ ਨਹੀਂ ਤੇ ਪਰਸੋਂ, ਲੋਕ ਜਿਹੜੇ ਹੁਣ ਨਵੇਂ ਦਰਸ਼ਕ ਸਾਡੇ ਸਰੋਤੇ ਜਾਂ ਸਾਡੇ ਜਾਣ ਵਾਲੇ, ਇਹਨਾਂ ਨੂੰ ਪਤਾ ਲੱਗ ਜਾਣਾ ਵੀ ਕੀ ਆ ਦਮ ਕੀ ਆ, ਹੈ ਨਾ। ਚਲੋ ਅਸੀਂ ਮਸਾਲਾ ਵੀ ਇਕੱਠਾ ਕੀਤਾ ਹੁੰਦਾ ਜੀ, ਤੇ ਤੁਰ ਕਿਸੇ ਵਸ ਗਏ ਨੇ, ਜੀ ਜੀ ਵੈਲਕਮ ਜੀ,
हेलो जी, आओ जी, सत श्री अकाल। ਵਾਹਿਗੁਰੂ ਕਾ ਖਾਲਸਾ, ਵਾਹਿਗੁਰੂ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਖਾਲਸਾ ਜੀ। ਹਾਂਜੀ ਹਾਂਜੀ, ਸਤਿ ਸ੍ਰੀ ਅਕਾਲ। ਜਖਾਰਾ ਛੱਡ ਦਿੰਦੇ ਫਿਰ ਖਾਉ ਤਾਂ। ਅੱਛਾ, ਸਵਾਲ ਇਹ ਹੈ ਬਈ, ਮੈਂ ਲੰਮੀ ਗੱਲ ਨੀ ਕਰਦਾ, ਜਿਹੜਾ ਕੇਜਰੀਵਾਲ ਬਾਣੀਆਂ ਨਾ, ਇਹ ਭਗਵੰਤ ਮਾਨ ਨੂੰ ਪੱਠੇ ਪਾ ਰਿਹਾ ਹੁਣ, ਇਹ 6 ਮਹੀਨੇ ਨੀ ਚੱਲਣਾ। ਔਰ ਜਿਹੜਾ ਉਹ ਬੱਤੇ ਵਾਲਾ, ਉਹ ਤਾਂ ਲੈ ਲਿਆ ਵਾਪਸ, ਅਜੇ ਉੱਥੇ ਖਾਲੀ ਟੂਰਿਸਟ ਪੁਆਇੰਟ ਬਣਾਉਣ ਲੱਗਾ, ਤੇ ਨਾਲ ਤੇ ਉਹ ਰਾਘਵ ਚੱਡੇ ਨੂੰ ਆਪਦੇ ਉੱਪਰ ਬਿਠਾ ਲਿਆ, ਵੀ ਮੇਰੇ ਮੇਰੇ ਕਨੇੜੇ ਚੜ ਜਾ। ਤੇ ਹੁਣ ਉਹ ਦੇਖੋ ਬਈ, ਪੰਜਾਬ ਦੇ ਲੋਕ ਇਹ ਕਿੰਨੀ ਕੁ ਦੇਰ ਸਹਿਣਗੇ। ਸਿਕੰਦਰ ਕਿੱਥੋਂ ਕੁ ਚੱਲਿਆ ਸੀ ਤੇ। ਅੱਛਾ ਜਹੇਦਰ ਸਾਹਿਬ, ਮੋਢੇ ਚੜਾਉਣ ਵਾਲੀ ਮੈਨੂੰ ਬਿਤਾਲ ਕੀ ਹੁੰਦੀ ਸੀ, ਆਪਾਂ ਸੁਣਦੇ ਨੇ, ਮੋਢੇ ਤੇ ਚੜ ਕੇ ਪਾਣੀ ਪਾ ਕੇ ਸਵਾਲ ਪੁੱਛ ਕੇ ਭੱਜ ਜਾਂਦਾ ਹੁੰਦਾ ਸੀਗਾ ਪੱਟੀ ਸਾਹਿਬ। ਉਹ ਇੱਕ ਨਾ ਮੋਢੇ ਤੇ ਬਿਠਾ ਕੇ ਆਉਂਦਾ ਹੁੰਦਾ, ਸੀਰੀਅਲ ਜਿਹਾ ਆਉਂਦਾ ਹੁੰਦਾ ਸੀਗਾ, ਉਹ ਬਿਤਾਲ ਹੀ ਉਹਦਾ ਨਾਂ ਸੀਗਾ, ਖਰੇ ਕਹਾਣੀ ਮੋਢੇ ਤੇ ਬੈਠਾ ਹੁੰਦਾ ਸੀਗਾ, ਹੈ ਨਾ। ਤੇ ਉਹ ਜਦੋਂ ਉਹ ਸਵਾਲ ਪੁੱਛਦਾ ਸੀ, ਉਹਦਾ ਜਵਾਬ ਲੱਭਦਾ ਸੀ, ਤੇ ਉਹਦੇ ਵਿੱਚੋਂ ਫੇਰ ਸਵਾਲ ਪਾ ਕੇ ਤੇ ਫੇਰ ਗੁੰਮ ਹੋ ਜਾਂਦਾ ਹੁੰਦਾ ਸੀ, ਮੋਢੇ ਤੇ ਬੈਠਾ ਹੁੰਦਾ ਆਲ, ਪਤਾ ਨੀ ਬਿਤਾਲ ਹੀ ਬਿਤਾਲ ਏਦਾਂ ਦਾ ਕੋਈ ਸਮਥਿੰਗ ਸੀਰੀਅਲ ਚੱਲਦਾ ਸੀਗਾ, ਹੈ ਨਾ। ਚਾਹੇ ਤੁਹਾਨੂੰ ਯਾਦ ਹੋਵੇ, ਜੇ ਨਹੀਂ ਯਾਦ ਤੇ ਕੱਲ੍ਹ ਆਪਾਂ ਸਵੇਰ ਦੇ ਪ੍ਰੋਗਰਾਮ 'ਚ ਕਰਾਂਗੇ। ਮੈਂ ਹੁਣ ਗਧੇੜਿਆਂ ਦੀ ਗੱਲ ਕੀਤੀ ਆ, ਵੀ ਪ੍ਰੋਫੈਸਰ ਆਪਣੇ ਜਹੇਦਰ ਸਾਹਿਬ ਕਹਿੰਦੇ ਨੇ ਖਾਲਸਾ ਜੀ ਕਿ ਗਧੇੜਿਆਂ ਦੇ ਚੱਕ ਲਿਆ। ਦੇਖੋ ਖਾਲਸਾ ਜੀ, ਤੁਸੀਂ ਪ੍ਰੋਗਰਾਮ ਸਾਡਾ ਸਵੇਰੇ ਸੁਣਿਓ, ਉਹਦੇ ਵਿੱਚ ਅਸੀਂ ਦੋ ਗੱਲਾਂ ਸ਼ੁਰੂ ਕਰਾਂਗੇ। ਇੱਕ ਤੇ ਗੱਲ ਕਰਾਂਗੇ ਚੱਡੇ ਵਾਲੀ, ਇੱਕ ਗੱਲ ਕਰਾਂਗੇ ਮੱਤੇਵਾੜ ਵਾਲੀ। ਮੱਤੇਵਾੜੀ ਅਸੀਂ ਡਿਫਰ ਕਰਾਂਗੇ ਥੋੜਾ ਜਿਹਾ ਉਸ ਗੱਲ ਤੋਂ ਆਮ ਲੋਕਾਂ ਨਾਲ, ਡਿਫਰ ਕਿਉਂ ਕਰਾਂਗੇ ਤੁਹਾਨੂੰ ਕਾਰਨ ਦੱਸਣ ਡਿਫਰ ਕਰਾਂਗੇ। ਠੀਕ ਠੀਕ, ਵਿਕਰਮ ਬਿਤਾਲ ਉਹ ਹੁੰਦਾ ਸੀ, ਮੋਢੇ ਤੇ ਬਿਠਾਇਆ ਹੁੰਦਾ ਸੀਗਾ, ਉਹ ਆਪਾਂ ਸੀਰੀਅਲ ਦੇਖਦੇ ਹੁੰਦੇ ਸੀ ਬੜੇ ਚਾਅ ਨਾਲ, ਉਹਨੇ ਮਹਾ ਮਸਲਾ ਹੱਲ ਕਰਨਾ, ਉਹਨੇ ਅਗਲੀ ਘੁੰਡੀ ਪਾ ਕੇ ਫੇਰ ਗਾਇਬ ਹੋ ਜਾਂਦਾ ਸੀ ਮੋਢੇ ਤੋਂ। ਹੁਣ ਮੈਨੂੰ ਲੱਗਦਾ ਖਾਲਸਾ ਜੀ, ਤੁਸੀਂ ਉਹ ਜਲ ਜਲ ਕਰਾਤੀ ਕਿ ਭਗਵੰਤ ਮਾਨ ਦੇ ਮੋਢਿਆਂ ਦੇ ਚੱਡਾ ਬਹਿ ਗਿਆ, ਇਹਨੇ ਕੋਈ ਨਾ ਕੋਈ ਪੁੱਠੀ ਸਿੱਧੀ ਗੱਲ ਕਰਦੇ, ਭਗਵੰਤ ਮਾਨ ਨੂੰ ਜਿਹੜੇ ਲੱਭਣ ਦੀ ਕੋਸ਼ਿਸ਼ ਕਰਨੀ, ਉਹਨੇ ਫੇਰ ਗਾਂ ਦੀ ਘੁੰਡੀ ਪਾ ਕੇ ਡੱਗ ਜਾ ਕਰਨਾ। ਚਲੋ ਬਹੁਤ ਬਹੁਤ ਧੰਨਵਾਦ, ਸਵੇਰੇ ਮਿਲਦੇ ਹਾਂ ਜੀ, ਥੈਂਕ ਯੂ ਵੈਰੀ ਮਚ, ਸ਼ੁਕਰੀਆ, ਸਤਿ ਸ਼੍ਰੀ ਅਕਾਲ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।